रूपनगर दीआं किसान जथेबंदियां ने संयुक्त मोर्चे वालों अज पंजाब भाजपा के उपप्रधान का कालियां झंडियां दिखा के सख्त विरोध किया है। जदों वह कांग्रेस सरकार के चार साल के रिपोर्ट कार्ड संबंधी पत्रकारों को संबोधन करने लिए रूपनगर प्रेस क्लब पुजे सन। इस मौके पर उपप्रधान राजेश बग्गा प्रेस क्लब के अंदर पत्रकारों को संबोधन कर रहे सन तो संयुक्त किसान मोर्चे को इसकी पिणक लग गई। इस मौके पर उन्होंने प्रेस क्लब के गेट पर पहुँच के भाजपा आगुआ विरुद्ध नारेबाजी शुरू की। मौके की गंभीरता देखद्या होया सिटी पुलिस के SHO राजीव कुमार अपनी पुलिस पार्टी नाल घटना स्थान पर पुजे। सानू पता चलिया कि BJP वाले प्रेस क्लब च अपनी कॉन्फ्रेंस कर रहे हैं, सो असी उन्होंने कालिया झंडिया दिखा के विरोध कर आए थी। जिवें बग्गा साहब हुणे कह के गए BJP के लीडर है, पंजाब सचिव दसदे आ, वह कह रहे थे कि पंजाब की जिहड़ी किसानी है BJP उहदे नाल है। कौन कहिंदा अज 200-250 प्लस साडे वीर भाई शहीद हो गए हैं, असी रोटी तो अज एक आम इंसान मुहताज हो गया, ये अज बयान दे रहे हैं कि असी किसानों के नाल है। सिरा सर झूठ है। असी कालिया झंडिया जिथे भी ਨੂੰ ਪਤਾ ਚੱਲੇਗਾ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ, ਕਰਦੇ ਹਾਂ, ਮਰਦੇ ਦਮ ਤੱਕ ਕਰਦੇ ਰਹਾਂਗੇ। BJP ਸਰਕਾਰ ਰੋੜੀ ਰੋੜੀ ਵਾਸਤੇ ਕਿਹਾ ਪੰਜਾਬ ਦੀ ਭਾਜਪਾ ਨੂੰ, ਕੀ ਤੁਹਾਨੂੰ ਭਰੋਸਾ ਦਿੱਤਾ ਉਹਨਾਂ ਨੇ? ਅਸੀਂ ਨਿਰਾਇ ਰੱਦ ਕਰਨ ਵਾਸਤੇ ਨਹੀਂ ਕਿਹਾ, ਸਾਨੂੰ ਪਤਾ ਲੱਗਿਆ ਅਸੀਂ ਫੌਰੀ ਤੌਰ ਤੇ ਮੀਟਿੰਗ 'ਚ ਬੈਠੇ ਸੀਗੇ, ਨਹੀਂ ਅਸੀਂ ਵੱਧ ਲੋਕਾਂ ਨੂੰ ਇਕੱਠੇ ਕਰ ਸਕਦੇ ਸੀਗੇ, ਪਰ ਅਸੀਂ ਫੌਰੀ ਤੌਰ ਤੇ ਜਿੰਨੇ ਸੀਗੇ ਉਹਨਾਂ ਦੇ ਵਿਰੋਧ 'ਚ ਆਏ ਹਾਂ, ਕਾਲੀਆਂ ਝੰਡੀਆਂ ਦਿਖਾਈਆਂ। ਅਸੀਂ ਜਿੱਥੇ ਉਹਨਾਂ ਨੂੰ ਇਹ ਕਿਹਾ ਵੀ ਕਾਲੇ ਕਾਨੂੰਨ ਜਿਹੜੇ ਵਾਪਸ ਕਰੋ, ਨਾਲ ਉਹਦੇ ਇਹ ਸ਼ਰਤ ਲਈ ਹੈ ਵੀ ਤੁਸੀਂ ਸਹਿਮਤ ਇਸ ਗੱਲ 'ਤੇ ਹੋ ਵੀ ਤੁਸੀਂ ਕੀ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਕਰਾਉਣ ਨਾਲ ਸਾਡੇ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ। ਗੱਲ ਇਹ ਹੈ, ਸਿਫਾਰਿਸ਼ ਕਰਨੀ ਹੋਰ ਚੀਜ਼ ਹੈ, ਜੇ ਉਹ ਕਹਿਣ ਅਸੀਂ ਸਹਿਮਤ ਆ, ਉਹਨਾਂ ਨੇ ਜਦ ਇਹ ਗੱਲ ਕਹੀ ਪਿਆ ਸੀ ਤੁਹਾਡੇ ਨਾਲ ਸਹਿਮਤ ਹੈ, ਤੁਹਾਡੀ ਗੱਲ ਜਾ ਕੇ ਕਰਾਂਗੇ। ਜਵਾਨੀ ਸਾਹਿਬ ਦੀ ਜਦੋਂ ਗੱਲ ਕੀਤੀ ਅਸੀਂ ਸਾਫ ਤੌਰ 'ਤੇ ਗਿਆ ਵੀ ਜਵਾਨੀ ਨੇ ਜੋ ਕੁਛ ਇੱਥੇ ਰੋਲ ਅਦਾ ਕੀਤਾ ਪੰਜਾਬ ਦੇ 'ਚ, ਉਹ ਅੱਗ ਲਾਈ ਅੱਗ, ਪੈਟਰੋਲ ਪਾਇਆ ਚੱਲਦੀ ਗੱਲ 'ਤੇ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਪਰ ਵਿਸ਼ਵਾਸ ਨਹੀਂ ਕਰਦੇ। ਉਹ ਕਹਿੰਦੇ ਅਸੀਂ ਪੰਜਾਬ ਦੇ ਏਜੰਡੇ 'ਚ ਵੀ ਅਤੇ ਹਿੰਦੁਸਤਾਨ ਦੇ ਏਜੰਡੇ 'ਚ ਵੀ ਗੱਲ ਕਰਕੇ ਇਹਨੂੰ ਮਸਲੇ ਨੂੰ ਹੱਲ ਕਰਨਾ ਚਾਹੁੰਦੇ। ਅਸੀਂ ਕਿਹਾ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਫਿਰ ਸਾਡਾ ਕਾਹਦਾ ਵਿਰੋਧ ਹੈ? ਤੁਸੀਂ ਵੀ ਇੱਥੋਂ ਪਾਰਟ ਹੈ, ਪਰ ਜੇ ਤੁਸੀਂ ਇਸ ਗੱਲ 'ਤੇ ਜਾ ਕੇ ਨਹੀਂ ਇੱਕ ਭੁੱਲ ਜਾਂਦੇ ਹੈ, ਨਾਲੇ ਜਿਹੜਾ ਤੁਸੀਂ SC ਕਮਿਸ਼ਨ ਦੀ ਗੱਲ ਕਰਦੇ ਹੋ ਇਹ ਨਿਰਾ ਢੌਂਗ ਹੈ। ਜੇ ਤੁਸੀਂ ਅੱਜ ਰੀੜ੍ਹ ਦੀ ਹੱਡੀ ਨੂੰ ਤੋੜ ਕੇ ਲੋਕਾਂ ਦੀ ਰੋਟੀ ਖੋਲੋ, ਗਰੀਬ ਦੀ ਰੋਟੀ ਖੋਲੋ, ਜਦੋਂ ਕਿਸਾਨ ਮਰ ਜਾਊਗਾ ਤਾਂ ਨਾ ਗਰੀਬ ਨੂੰ SC ਨੂੰ ਰੋਟੀ ਮਿਲੂ, ਨਾ BC ਨੂੰ ਮਿਲੂਗੀ, ਨਾ ਕਿਸੇ ਹੋਰ ਨੂੰ ਮਿਲੂਗੀ। ਰੋਟੀ ਖੋ ਕੇ ਤੁਸੀਂ ਵਜ਼ੀਫੇ ਦੀ ਗੱਲ ਕਰਦੇ ਹੋ, ਇਹ ਤੋਂ ਮਾੜਾ ਹੋਰ ਕੋਈ ਗੱਲ ਨਹੀਂ ਹੋ ਸਕਦੀ। ਤੁਸੀਂ ਜਦੋਂ ਕਿਸਾਨੀ ਬਿੱਲਾਂ ਦੀ ਗੱਲ ਕਰਦੇ ਸੀ ਉਹ ਵਾਰ ਵਾਰ ਰੋਕ ਕੇ ਤੁਹਾਨੂੰ ਇਹ ਕਹਿ ਰਹੇ ਸੀ ਵੀ ਜਿਹੜੀ ਸਕਾਲਰਸ਼ਿਪ ਦਾ ਮੁੱਦਾ ਹੈ ਮੇਨ ਆ, ਉਹੀ ਕਿਹਾ ਅਸੀਂ ਸਕਾਲਰਸ਼ਿਪ ਦੇ ਵਿਰੋਧੀ ਨਹੀਂ, ਅਸੀਂ ਸਕਾਲਰਸ਼ਿਪ ਦੇ ਹੱਕ 'ਚ ਆ, ਪਰ ਇਹ ਨਹੀਂ ਹੈ ਸ਼ਰਤ 'ਤੇ ਇਕੱਠ ਕੀਤੇ ਜਾਣ ਲੋਕਾਂ 'ਚ। ਜਦੋਂ ਤੁਹਾਡਾ ਵਿਰੋਧ ਕਰਦੇ ਹੋਣ ਲੋਕ, ਤੁਹਾਨੂੰ ਕਿਸਾਨ ਵੜਨ ਨਹੀਂ ਦਿੰਦੇ ਪਿੰਡਾਂ ਦੇ 'ਚ, ਤਾਂ ਤੁਸੀਂ SC ਦਾ ਲਾ ਕੇ ਸਕਾਲਰਸ਼ਿਪ ਦਾ ਬਹਾਨਾ ਲਾ ਕੇ ਪਿੰਡਾਂ 'ਚ ਆਉਣ ਦਾ ਇੱਕ ਬਹਾਨਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ। ਅਸੀਂ ਇਹ ਸਾਫ਼ ਤੌਰ 'ਤੇ ਕਿਹਾ ਕਿਸਾਨਾਂ ਨੂੰ ਪਾੜਨ ਦੀ, ਕਿਸਾਨਾਂ 'ਤੇ ਮਜ਼ਦੂਰਾਂ ਨੂੰ ਪਾੜਨ ਦੀ ਸਾਜ਼ਿਸ਼ ਕਰ ਰਹੇ ਹਾਂ। ਇਸੇ ਤਰ੍ਹਾਂ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਬਠਿੰਡਾ ਵੇਖ ਕੇ ਪਹੁੰਚਣਾ ਸੀ ਅਤੇ ਮੀਡੀਆ ਨੂੰ ਵੀ 1 ਵਜੇ ਦਾ ਪ੍ਰੈਸ ਕਾਨਫਰੰਸ ਦੇ ਲਈ ਟਾਈਮ ਦਿੱਤਾ ਗਿਆ ਸੀ। ਜਦੋਂ ਇਸ ਗੱਲ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸੁਰਜੀਤ ਕੁਮਾਰ ਜਿਆਣੀ ਦੇ ਘਰਾਓ ਦਾ ਮਨ ਬਣਾ ਕੇ ਭਾਜਪਾ ਦੇ ਵਰਕਰਾਂ ਨੇ ਇਸ ਨੂੰ ਦੇਖਦਿਆਂ ਹੋਇਆ ਤੁਰੰਤ ਜਗ੍ਹਾ ਨੂੰ ਬਦਲ ਕੇ ਸ਼ਹਿਰ ਤੋਂ ਬਾਹਰ ਇੱਕ ਕਲੋਨੀ ਵਿੱਚ ਬਣੇ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਨ ਪਹੁੰਚ ਗਏ। ਇਸ ਮੌਕੇ 'ਤੇ ਕਿਸਾਨਾਂ ਨੇ ਵੀ ਹੋਟਲ ਦੇ ਬਾਹਰ ਤਾਨਾ ਲਾ ਕੇ ਅਤੇ ਉਹਨਾਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਇੱਥੇ ਅਸੀਂ ਵਿਰੋਧ ਕਰ ਰਹੇ ਹਾਂ। ਇੱਥੇ ਜਾਣੀ ਆਇਆ ਹੋਇਆ BJP ਦਾ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ। ਜੋ ਕਾਨੂੰਨ ਲੈ ਕੇ ਆਈ ਹੈ ਸੈਂਟਰ ਦੀ ਸਰਕਾਰ, 3 ਕਾਨੂੰਨ ਕਹਿੰਦੇ, ਆਮ ਕਹਾਵਤ ਆ ਵੀ ਇਹ ਕਿਸਾਨ ਵਿਰੋਧੀ, ਅਸੀਂ ਕਹਿੰਦੇ ਨਹੀਂ, ਕਿਸਾਨ ਵਿਰੋਧੀ ਨਹੀਂ ਹੈ, ਇਹ ਪੂਰੇ ਜਨ ਵਿਰੋਧੀ ਕਾਨੂੰਨ ਹੈ, ਪੂਰੇ ਜਨਤਾ ਦੇ ਵਿਰੁੱਧ ਹੈ। ਕਿਉਂਕਿ ਜੇ ਸਰਕਾਰੀ ਖਰੀਦ ਬੰਦ ਹੁੰਦੀ ਹੈ, ਉਹ ਮੰਡੀਆਂ ਦਾ ਜਾੜਾ ਹੋਣਾ, ਮੰਡੀਆਂ ਨਾਲ ਮਜ਼ਦੂਰਾਂ ਦਾ ਜਾੜਾ ਹੋਣਾ। ਜਿਹੜਾ ਦੂਜਾ ਕਾਨੂੰਨ ਹੈ, ਜਿਹੜਾ ਕਾਨੂੰਨ ਹੈ ਕਿ ਜਿੰਨੀ ਮਰਜ਼ੀ ਜਿਹੜੀ ਖਾਣ ਯੋਗੀਆਂ ਚੀਜ਼ਾਂ ਜਿਹੜੀਆਂ ਖਾਣ ਦੇ ਲਾਇਕ, ਉਹ ਜਿੰਨੀਆਂ ਮਰਜ਼ੀ ਜਮ੍ਹਾਂ ਕਰਨ ਦੀ ਖੁੱਲ੍ਹ ਦਿੱਤੀ ਲੁਟੇਰੇ ਲੋਕਾਂ ਨੂੰ, ਉਹ ਜਮ੍ਹਾਂ ਕਰਿਆ ਕਰਨਗੇ। ਫਿਰ ਜਦੋਂ ਸਾਡੇ ਕਿਰਤੀ ਲੋਕਾਂ ਨੇ ਖਾਣੀਆਂ, ਮਜ਼ਦੂਰਾਂ ਨੇ ਖਾਣੀਆਂ, ਮੁਲਾਜ਼ਮਾਂ ਨੇ ਖਾਣੀਆਂ, ਉਹਨਾਂ ਨੇ ਉਹਨੂੰ ਸਿਉਣਾ ਬਣਾਉਣਾ, ਇਸ ਕਰਕੇ ਇਹ ਉਹਨਾਂ ਦੇ ਵੀ ਵਿਰੁੱਧ ਹੈ। ਅਗਲਾ ਜਿਹੜਾ ਕਾਨੂੰਨ ਹੈ ਬਿਜਲੀ ਐਕਟ, ਉਹ ਸਾਰੇ ਲੋਕਾਂ ਦੀ ਕੋਈ ਸੰਘੀ ਘੁੱਟਣੀ ਆ ਉਹਨੇ, ਕਿਉਂਕਿ ਇਹ ਰਾਜ ਦੀਆਂ ਸਰਕਾਰਾਂ ਤੋਂ ਖੋ ਕੇ ਸਾਡੀ ਬਿਜਲੀ ਹੈ ਜਿਹੜੀ ਸਾਰਾ ਬਣ ਗਈ ਸਾਡੀ ਅੱਜ, ਉਹ
ਇੱਥੇ ਜਾਨੀ ਆਇਆ ਹੋਇਆ ਬੀਜੇਪੀ ਦਾ, ਉਹਦਾ ਅਸੀਂ ਵਿਰੋਧ ਕਰਦੇ ਹਾਂ, ਉਹਦਾ ਘਰੋ ਕੀਤਾ ਹੋਇਆ।